ਦੇ ਸਾਬਕਾ ਸਰਪੰਚ ਅਤੇ ਪੰਚਾਇਤ ਸਕੱਤਰ ਸੁਖਦੇਵ ਸਿੰਘ ਹੁਣਾਂ ਦੀ ਡੈੱਡ ਬਾਡੀ ਕੱਲ੍ਹ ਬਿਆਸ ਤੋਂ ਮਿਲੀ ਸੀ। ਇਹ ਖਬਰ ਪਹੁੰਚਦਿਆਂ ਹੀ ਪੂਰੇ ਪਿੰਡ ਵਿੱਚ ਤਣਾਅ ਦਾ ਮਾਹੌਲ ਪਰਸ ਗਿਆ ਅਤੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ। ਇਸ ਖਬਰ ਦੀ ਪੁਸ਼ਟੀ ਕਰਨ ਲਈ ਅਤੇ ਜਾਇਜ਼ਾ ਲੈਣ ਲਈ ਜਦ ਸਾਡੀ ਟੀਮ ਸਿਵਲ ਹਸਪਤਾਲ ਪਹੁੰਚੀ ਜਿੱਥੇ ਉਹਨਾਂ ਦਾ ਪੋਸਟਮਾਰਟਮ ਹੋਇਆ ਔਰ ਪੋਸਟਮਾਰਟਮ ਤੋਂ ਬਾਅਦ ਬਾਡੀ ਜਿਹੜੀ ਆ ਵਾਰਸਾਂ ਹਵਾਲੇ ਕੀਤੀ ਗਈ, ਸਾਡੀ ਟੀਮ ਨੇ ਜਦੋਂ ਪਿੰਡ ਦੇ ਸਰਪੰਚ ਨਾਲ ਸਵਾਲ ਕੀਤੇ ਜਾਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਹ ਗੱਲ ਸਾਡੇ ਤੱਕ ਅਪੜੀ ਕਿ ਪੈਸਿਆਂ ਦਾ ਲੈਣ ਦੇਣ ਤਾਂ ਸੀ, ਕੁਝ ਪੈਸੇ ਇਹਨਾਂ ਵੱਲ ਵੀ ਨਿਕਲੇ ਸਨ, ਮ੍ਰਿਤਕ ਵੱਲ ਵੀ ਨਿਕਲੇ ਸਨ। ਉਹਨਾਂ ਨੇ ਇਹ ਵੀ ਕਿਹਾ ਕਿ ਸਾਲ 6 ਮਹੀਨੇ ਵਿੱਚ ਤਾਰ ਦਿਆਂਗੇ, ਪੈਰੀ ਹੱਥ ਤੱਕ ਲਾਇਆ ਪਰ ਸੱਟਾ ਕੁਝ ਵੀ ਨਹੀਂ ਨਿਕਲਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਆਖਰੀ ਵਾਰ ਉਹ ਆਪਣੀ ਧਰਮ ਪਤਨੀ ਨੂੰ ਪਿੰਡ ਪੁੰਨੂ ਮਜਾਰੇ ਵਿੱਚ ਮਿਲੇ ਸੀ। ਹੋਰ ਕੀ ਜਾਣਕਾਰੀ ਦਿੱਤੀ ਸਰਪੰਚ ਸਾਹਿਬ ਨੇ, ਆਓ ਪਹਿਲਾਂ ਉਹ ਸੁਣਦੇ ਹਾਂ। ਕੀ ਅਪੀਲ, ਮੈਨੂੰ ਤਾਂ ਜੀ ਇਹ ਪਤਾ ਲੱਗਾ ਹੈਗਾ ਵੀ ਇਹ ਸੁਖਦੇਵ ਸਿੰਘ ਗੜੀ ਫੈਕਟਰੀ ਲੱਗਾ ਸੀਗਾ ਕੋਆਪਰੇਟਿਵ ਬੈਂਕ ਦੇ ਵਿੱਚ, ਉੱਥੇ ਕੋਈ ਪੈਸੇ ਲੈਣ ਦਾ ਹਿਸਾਬ ਖਰਾਬ ਸੀਗਾ ਇਹਨਾਂ ਦਾ। ਉਹਦੇ ਵਿੱਚ ਆ ਕੇ 2-3 ਦਿਨ ਇੱਥੇ ਅਫਸਰ ਵੀ ਆਉਂਦੇ ਰਹੇ, ਕੁਛ ਪੈਸੇ ਨਿਕਲੇ ਇਹਨਾਂ ਵੱਲਾਂ, ਅਤੇ ਲੋਕਾਂ ਨੇ ਉੱਥੇ ਕਿਹਾ ਵੀ ਚਲੋ ਸਾਲ 6 ਮਹੀਨਿਆਂ ਨੂੰ ਇਹ ਪੈਸੇ ਤਾਰ ਦਊਗਾ। ਜਿਹੜੇ ਇੰਸਪੈਕਟਰ ਆਏ ਹੈਗੇ, 2-3 ਇੰਸਪੈਕਟਰ ਆਏ, ਮੈਨੂੰ ਪਤਾ ਲੱਗਾ, ਮੈਨੂੰ ਉੱਦਾਂ ਤਾਂ ਮੈਂ ਨਹੀਂ ਦੇਖੇ ਹੈਗੇ, ਪਤਾ ਲੱਗਾ ਹੈਗਾ ਉਹਨੂੰ ਜਾ ਰਹੇ ਉਹਨੂੰ ਟਾਰਚਰ ਕੀਤਾ ਔਰ ਉਹਨਾਂ ਬਦੂਆ ਕੀਤਾ ਵੀ ਪਹਿਲੀ ਹੱਥ ਵੀ ਲਿਆ ਵੀ ਜਾਣ ਦਾ ਮੈਂ ਪੈਸੇ ਦੇ ਦਊਂਗਾ। ਹਾਂਜੀ, ਇਸ ਕਰਕੇ ਫਿਰ ਉਹ ਜਾਣੀ ਆਪਣੀ ਸਮਝੀ ਹਾਨੀ ਹਾਨੀ ਸਮਝ ਕੇ ਉਹ ਪਿੰਡ ਨਹੀਂ ਆਇਆ। ਹੁਣ ਬਾਹਰੋਂ ਬਾਹਰ ਜਾ ਕੇ ਘਰ ਵਾਲੀ ਨੂੰ ਬੁਲਾਇਆ ਪੁੰਨੂ ਮਜਾਰੇ, ਪੁੰਨੂ ਮਜਾਰੇ ਵੀ ਬੁਲਾ ਕੇ ਉਹ ਘਰ ਵਾਲੀ ਇੱਥੇ ਆ ਗਈ, ਫਿਰ ਵੀ ਉੱਥੇ ਆਇਆ ਉਹ ਸਿੱਧਾ ਫਿਰ ਜਾਣੀ ਅੰਮ੍ਰਿਤਸਰ ਚਲ ਗਿਆ ਮੱਥਾ ਟੇਕ, ਜੋ ਸਾਨੂੰ ਸਾਡੇ ਰਿਕਾਰਡ ਦੇ ਵਿੱਚ ਉਹਦੀ ਆਈ ਹੈਗੀ ਨਾ ਟਿਕਟ ਲਈ ਹੈ, ਉਹਦੇ ਮੁਤਾਬਕ ਅੰਮ੍ਰਿਤਸਰ ਜਾ ਕੇ ਹੋਈ ਸਾਨੂੰ ਜਿੰਨਾ ਠਾਕਾ ਵਿਦਾ ਹੋਈ ਹੈ, ਆ ਕੇ ਉੱਥੇ ਮੱਥਾ ਟੇਕ ਕੇ ਸਵੇਰ ਵੇਲੇ ਆਇਆ ਉਹ, ਸਵੇਰ ਵੇਲੇ ਆ ਕੇ ਉਹਨੇ ਜਲੰਧਰ ਦੀ ਟਿਕਟ ਲਈ ਹੈ, ਬਿਆਸ ਆ ਕੇ ਉੱਤਰ ਗਿਆ। ਬਿਆਸ ਆ ਕੇ ਫਿਰ ਸਾਨੂੰ ਪਤਾ ਲੱਗਾ ਰਾਤ ਨੂੰ 8 ਵਜੇ ਮੈਨੂੰ ਟੈਲੀਫੋਨ ਆਇਆ, ਇੱਦਾਂ ਦਾ ਕਰਕੇ ਇਹ ਬਿਆਸ ਜਿਹੜਾ ਪਾਰਕ ਵਾ ਉਹਦੇ ਵਿੱਚ ਲਾਸ਼ ਮਿਲੀ ਹੈ, ਅਤੇ ਬਾਬਾ ਬਕਾਲਾ ਵਾਲੇ ਇਹ ਜਿਹੜੇ ਹੈਗੇ ਆ ਬਿਆਸ ਵਾਲੇ ਇਹ ਥਾਣੇ ਵਾਲੇ, ਉਹ ਉਹਨਾਂ ਨੇ ਫਿਰ ਲਾਸ਼ ਚੱਕੀ ਬਾਬਾ ਬਕਾਲੇ ਹਸਪਤਾਲ ਦੇ ਵਿੱਚ ਦਾਖਲ ਕਰਿਆ। ਕਿੰਨੀ ਕੇਸ ਸੀ ਇਹਨਾਂ ਦੀ? ਹਾਂਜੀ, ਇਹਨਾਂ ਦੀ ਮ੍ਰਿਤਕ 55 ਸਾਲ 55 ਸਾਲ। ਠੀਕ, ਕੀ ਨਾਮ ਕੀ ਸੀ ਇਹਨਾਂ ਦਾ? ਸੁਖਦੇਵ ਸਿੰਘ। ਇਸ ਪੂਰੇ ਘਟਨਾਕ੍ਰਮ 'ਤੇ ਮ੍ਰਿਤਕ ਦੇ ਭੂਆ ਦੇ ਮੁੰਡੇ ਦਾ ਇਹ ਕਹਿਣਾ ਹੈ ਕਿ ਪੈਸਿਆਂ ਦਾ ਲੈਣ ਦੇਣ ਸੀ ਜਿਸ ਦੇ ਕਰਕੇ ਉਹ ਪਰੇਸ਼ਾਨ ਸਨ। 10 ਤਰੀਕ ਤੋਂ ਉਹ ਘਰੋਂ ਗਏ ਔਰ ਉਸ ਤੋਂ ਬਾਅਦ ਪਰਤੇ ਨਹੀਂ। ਹਾਲੇ ਤੱਕ ਨਾ ਕੋਈ ਸੁਸਾਈਡ ਨੋਟ ਬਰਾਮਦ ਹੋਇਆ ਅਤੇ ਨਾ ਹੀ ਉਹਨਾਂ ਦਾ ਮੋਟਰਸਾਈਕਲ ਬਰਾਮਦ ਹੋਇਆ ਜਿਹਦੇ ਵਿੱਚ ਉਹ ਕਾਗਜ਼ ਪੱਤਰ ਰੱਖਦੇ ਸਨ, ਹੋ ਸਕਦਾ ਉਸ ਵਿੱਚ ਕੋਈ ਨਕਦੀ ਵੀ ਹੋਵੇ। ਉਹਨਾਂ ਨੇ ਇਹ ਵੀ ਕਿਹਾ ਕਿ ਨਾ ਹਾਲੇ ਤੱਕ ਮੋਟਰਸਾਈਕਲ ਮਿਲਿਆ ਨਾ ਸੁਸਾਈਡ ਨੋਟ ਮਿਲਿਆ ਜਿਹਦੇ ਕਰਕੇ ਇਸ ਪੂਰੇ ਘਟਨਾਕ੍ਰਮ 'ਤੇ ਭੇਦ ਬਣਿਆ ਹੋਇਆ। ਭੂਆ ਦਾ ਲੜਕਾ ਜੀ ਸੁਖਦੇਵ ਸਿੰਘ, ਅਤੇ ਸੈਕਟਰੀ ਸੀਗਾ ਜੀ ਕਿਹੜੀ ਕੱਲ੍ਹ ਬੈਂਕ ਦੇ ਵਿੱਚ, ਅਤੇ ਉੱਥੋਂ ਇਹੋ ਨਾ ਬੈਂਕ ਦੇ ਵਿੱਚ 10 ਤਰੀਕ ਨੂੰ ਬੈਂਕ ਦੇ ਵਿੱਚੋਂ ਇਹੋ ਘਰੋਂ ਗਿਆ ਅਤੇ ਮੁੜ ਕੇ ਵਾਪਸ ਨਹੀਂ ਆਇਆ। ਸਾਨੂੰ ਇਹਨਾਂ ਦੀ ਡੈੱਡ ਬੋਡੀ ਮਿਲੀ ਹੈ ਬਿਆਸ ਤੋਂ, ਬਿਆਸ ਪਾਰਕ ਦੇ ਵਿੱਚ, ਦਰਿਆ ਦੇ ਲਾਗੇ ਪਾਰਕ ਹੈ ਇੱਕ, ਉੱਥੇ ਪਾਰਕ ਦੇ ਵਿੱਚੋਂ ਸਾਨੂੰ ਡੈੱਡ ਬੋਡੀ ਮਿਲੀ ਆ। ਉਹ ਅਸੀਂ ਕੱਲ੍ਹ ਸਾਨੂੰ ਡੈੱਡ ਬੋਡੀ ਪੁਲਿਸ ਵਾਲੇ ਨੂੰ ਮਿਲੀ, ਅੱਜ ਸਾਨੂੰ ਨਵਾਂ ਸ਼ਹਿਰ ਤੋਂ ਡੈੱਡ ਬੋਡੀ ਮਿਲੀ ਆ। ਅਤੇ ਇਹਨਾਂ ਦਾ ਕੋਈ ਸੁਸਾਇਟੀ ਦਾ ਆਪਸ ਦੇ ਵਿੱਚ ਨਾ ਜਿਹੜਾ ਸੁਸਾਇਟੀ ਦਾ ਕੋਈ ਬੈਂਕ ਦੇ ਵਿੱਚ ਪੈਸਿਆਂ ਦਾ ਸੀ ਚੱਕਰ, ਉਹਦੀ ਕੋਈ ਟੈਨਸ਼ਨ ਦੇ ਵਿੱਚ ਕੋਈ ਅਫਸਰਾਂ ਦਾ ਦੱਸਦੇ ਆ ਜੀ ਕਿ ਪੈਸੇ ਜਮ੍ਹਾਂ ਕਰਾਉਣ ਵਾਸਤੇ, ਉਹਦੇ ਵਾਸਤੇ ਇਹਨੇ ਆਪਣੇ ਦਿਮਾਗ 'ਤੇ ਟੈਨਸ਼ਨ ਲੈ ਕੇ ਨਾ ਫਿਰ ਉੱਥੇ ਜਾ ਕੇ ਇਹਨੇ ਸੁਸਾਈਡ ਕਰ ਲਿਆ ਬਿਆਸ, ਇਹ ਦੱਸਦੇ ਆ ਜੀ। ਬਾਕੀ ਹੁਣ ਤਫਤੀਸ਼ ਦੇ ਵਿੱਚ ਜੋ ਨਿਕਲੂਗਾ ਉਹਦੇ ਹਿਸਾਬ ਨਾਲ ਆਪਾਂ। ਕੋਈ ਉਹਨਾਂ ਦਾ ਸੁਸਾਈਡ ਨੋਟ ਕੋਈ ਮਿਲਿਆ? ਇਹ ਹਜੇ ਕੋਈ ਮਿਲਿਆ ਨਹੀਂ ਜੀ, ਹਜੇ ਸਾਨੂੰ ਮੋਟਰਸਾਈਕਲ ਨਹੀਂ ਮਿਲਿਆ ਜੀ ਉਹਨਾਂ ਦਾ ਮੋਟਰਸਾਈਕਲ। ਉੱਥੇ ਬਿਆਸ ਕਿਸ ਤਰ੍ਹਾਂ ਪਹੁੰਚੇ ਆ ਉਹਦੀ ਹਜੇ ਪੁਲਿਸ ਤਫਤੀਸ਼ ਕਰ ਰਹੀ ਹੈ ਜੀ। ਜਿਸ ਵੇਲੇ ਸਾਨੂੰ ਹਜੇ ਮੋਟਰਸਾਈਕਲ ਦੇ ਵਿੱਚ ਉਹਨਾਂ ਦੇ ਨਾ ਜਿਹੜਾ ਕਾਗਜ਼ ਪੱਤਰ ਮੋਟਰਸਾਈਕਲ ਦੇ ਵਿੱਚ ਵੀ ਕਾਫੀ ਰੱਖਦੇ ਸੀਗੇ ਸੁਸਾਇਟੀ ਦੇ ਵਿੱਚ ਹੋਣ ਕਰਕੇ, ਕੁਛ ਉਹਨਾਂ ਦਾ ਜਿਹੜਾ ਪਰਸਨਲ ਉਹ ਕੈਸ਼ ਵੀ ਹੋ ਸਕਦਾ ਵਿੱਚ ਕੀ ਹੋ ਸਕਦਾ, ਉਹ ਸਾਨੂੰ ਜਿੰਨਾ ਚਿਰ ਮੋਟਰਸਾਈਕਲ ਹਜੇ ਸਾਨੂੰ ਮਿਲਦਾ ਨਹੀਂ ਸਾਡੇ ਕਬਜ਼ੇ ਦੇ ਵਿੱਚ ਮੋਟਰਸਾਈਕਲੀਆਂ ਦਾ, ਉਹ ਸਾਨੂੰ ਭੇਤ ਬਣਿਆ ਹੋਇਆ ਉਹਦਾ ਸਾਨੂੰ ਪਤਾ ਲੱਗੂਗਾ। ਪਾਰਕ ਦੇ ਵਿੱਚ ਉਹ ਉੱਥੋਂ ਸਾਨੂੰ ਡੈੱਡ ਬੋਡੀ ਮਿਲੀ ਆ, ਉੱਥੇ ਸਾਨੂੰ ਇਹ ਹਜੇ ਅਸੀਂ ਪਤਾ ਕਰ ਰਹੇ ਹਾਂ, ਪੁਲਿਸ ਵਾਲੇ ਕਰ ਰਹੇ ਹੁਣ ਵੀ। ਡੈੱਡ ਬੋਡੀ ਤੁਸੀਂ ਦੇਖ ਲਈ? ਡੈੱਡ ਬੋਡੀ ਅਸੀਂ ਦੇਖ ਲਈ ਹੈ। ਦੇਖਣ ਤੋਂ ਕੀ ਲੱਗਦਾ ਵੀ ਕਿਸ ਤਰ੍ਹਾਂ ਦਾ? ਦੇਖਣ ਤੋਂ ਕੁਛ ਖਾਧਾ ਹੋਇਆ ਜੀ ਉਹਨਾਂ ਨੇ, ਪੋਇਜ਼ਨ ਸੀ? ਪੋਇਜ਼ਨ ਪੀਣ ਦਿੱਤੀ ਹਾਂਜੀ ਉਹਨਾਂ ਨੇ, ਉਹ ਖਾਧੀ ਹੋਈ ਆ ਆਪਣੇ ਆਪ, ਉਹ ਖਾਧੀ ਹੋਈ ਆ ਪੇਜਨ, ਅਸੀਂ ਉਹ ਦੇਖੀ, ਡੈੱਡ ਬੋਡੀ ਵੀ ਦੇਖੀ ਆ। ਅਤੇ ਬਾਕੀ ਹੁਣ ਮੋਟਰਸਾਈਕਲ ਹਜੇ ਸਾਨੂੰ ਮਿਲਿਆ ਨਹੀਂ, ਬਾਕੀ ਉਹਦਾ ਜੋ ਕੁਛ ਉਹਦੇ ਕੋਲ ਸੀਗਾ ਉਹ ਸਾਨੂੰ ਮਿਲ ਗਿਆ, ਕਾਗਜ਼ ਪੱਤਰ ਜਿਹੜਾ ਥੋੜ੍ਹਾ ਬਹੁਤਾ ਸੀਗਾ ਉਹ ਸਾਨੂੰ ਮਿਲ ਗਿਆ ਹਾਂਜੀ।
ਇੱਦਾਂ ਹੋ ਜਾਵੇ ਬਾਕੀ ਹੁਣ ਜੋ ਪੁਲਿਸ ਤਫਤੀਸ਼ ਕਰੂਗੀ ਜੀ ਉਹ ਸਾਨੂੰ ਜਿੰਨਾ ਚਿਰ ਮਿਲਦਾ ਨਹੀਂ ਉਹਦਾ ਮੋਟਰਸਾਈਕਲ ਨਹੀਂ ਮਿਲਦਾ ਕੋਈ ਬੰਦਾ ਉੱਥੇ ਲੈ ਕੇ ਗਿਆ ਜਾਂ ਕਿਸ ਤਰ੍ਹਾਂ ਗਿਆ ਆਪਣੇ ਆਪ ਗਿਆ ਬੱਸ ਬਾਈ ਬੱਸ ਗਿਆ ਉਹ ਸਾਨੂੰ ਉਹਦਾ ਨਾ ਜਿੰਨਾ ਚਿਰ ਮੋਟਰਸਾਈਕਲ ਨਹੀਂ ਮਿਲਦਾ ਕਿੱਥੋਂ ਮਿਲਦਾ ਸਾਨੂੰ ਇੱਧਰ ਕਿਸੇ ਰਿਸ਼ਤੇਦਾਰ ਦੇ ਉਮਰ ਦਾ ਜਾ ਕੇ ਅਤੇ ਉਹ ਵੀ ਮਿਲਦਾ ਉਹ ਜਿੰਨਾ ਚਿਰ ਸਾਨੂੰ ਪੁਲਿਸ ਵਾਲੇ ਦੱਸਦੇ ਨਹੀਂ ਲੱਭ ਕੇ ਹੁਣ ਦਊਗਾ ਜੀ ਠੀਕ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਇਸ 'ਤੇ ਜਾਡਲਾ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕੱਲ੍ਹ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਇਤਲਾਹ ਕੀਤੀ ਕਿ ਸੁਖਦੇਵ ਸਿੰਘ ਦੀ ਬਾਡੀ ਜਿਹੜੀ ਬਿਆਸ ਤੋਂ ਮਿਲੀ ਹੈ ਉਹਨਾਂ ਨੂੰ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਨੇ ਪੋਇਜ਼ਨ ਖਾਧੀ ਹੋਵੇ ਡਾਕੂਮੈਂਟਸ ਤੋਂ ਪਤਾ ਚੱਲਦਾ ਹੈ ਜਾਂ ਪੂਰੇ ਪਰਿਵਾਰ ਦੀ ਗੱਲਬਾਤ ਤੋਂ ਪਤਾ ਚੱਲਦਾ ਹੈ ਕਿ ਸੁਖਦੇਵ ਸਿੰਘ ਡਿਪਰੈਸ਼ਨ ਵਿੱਚ ਸਨ ਮਸਲਾ 10 ਤਰੀਕ ਨੂੰ ਪੰਚਾਇਤ ਸਕੱਤਰ ਸੀ ਸੁਖਦੇਵ ਸਿੰਘ ਵਾਸੀ ਰਾਣੇਵਾਲ ਤੋਂ ਉਹ ਗੜੀ ਕਾਨੂੰ ਕੋਲ ਲੱਗਾ ਸੀ ਪੰਚਾਇਤ ਸਕੱਤਰ 10 ਤਰੀਕ ਨੂੰ ਘਰ ਤੋਂ ਚਲਾ ਗਿਆ ਅਤੇ ਵਾਪਸ ਨਹੀਂ ਆਇਆ ਅਤੇ ਇਹਨਾਂ ਨੇ ਕੱਲ੍ਹ ਸਾਡੇ ਕੋਲ ਆ ਕੇ ਦੱਸਿਆ ਕਿ ਉਹਦੀ ਡੈੱਡ ਬੋਡੀ ਜਿਹੜੀ ਹੈ ਬਿਆਸ ਥਾਣੇ ਮਿਲੀ ਹੈ ਅਤੇ ਜਿਹੜਾ ਕਿ ਉਹਨੂੰ ਮਹਿਕਮਾ ਸੁਸਾਇਟੀ ਦੇ 3 ਇੰਸਪੈਕਟਰਾਂ ਨੇ ਧਮਕਾਇਆ ਇਹਨਾਂ ਨੇ ਬਿਆਨ ਦਿੱਤਾ ਕਿ ਆਪਾਂ ਪਰਚਾ ਦਰਜ ਕਰਕੇ ਹੁਣ ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਹੈ FIR ਦਰਜ ਕੀਤੀ ਹੋਈ ਹੈ 306/34 IPC ਲਾਸ਼ ਬਰਾਮਦ ਹੋ ਗਈ ਹਾਂਜੀ ਲਾਸ਼ ਬਰਾਮਦ ਤੋਂ ਬਾਅਦ ਪਤਾ ਲੱਗਿਆ ਸੁਸਾਈਡ ਕੀਤਾ ਜੋ ਪਤਾ ਲੱਗਾ ਉਹਨੇ ਪੋਇਜ਼ਨ ਲਈ ਹੈ ਠੀਕ ਹੈ ਅਤੇ ਬਿਆਸ ਜਾ ਕੇ ਇਹਦੀ ਡੈੱਡ ਬੋਡੀ ਮਿਲਣਾ ਉਹਦਾ ਕੀ ਕਾਰਨ ਉਹ ਇੱਥੋਂ ਦੋ ਉਹਦੇ ਕੋਲੋਂ ਡਾਕੂਮੈਂਟ ਮਿਲੇ ਆ ਉਹਦੇ 'ਚ ਇਹ ਲੱਗਾ ਕਿ ਉਹ ਅੰਮ੍ਰਿਤਸਰ ਗਿਆ ਅੰਮ੍ਰਿਤਸਰ ਤੋਂ ਦਰਬਾਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਉਹ ਆ ਕੇ ਬਿਆਸ ਉੱਥੇ ਬੈਠ ਗਿਆ ਉੱਥੇ ਆ ਕੇ ਉਹਨੇ ਸੁਸਾਈਡ ਕੀਤੀ ਡਿਪਰੈਸ਼ਨ ਹਾਂ ਉਹ ਡਿਪਰੈਸ਼ਨ ਸੀ ਕਿ ਉਹਦਾ ਮਾਮਲਾ ਸੀ ਪੈਸੇ ਦਾ ਲੈਣ ਦੇਣ ਸੀ ਉਹਦਾ ਸੁਸਾਇਟੀ ਦੇ ਨਾਲ ਉਹਦੇ ਕਰਕੇ ਉਹ 5-4 ਦਿਨ ਤੋਂ ਡਿਪਰੈਸ਼ਨ 'ਚ ਚੱਲ ਰਿਹਾ ਘਟਨਾਕ੍ਰਮ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਵਿਭਾਗ ਵਿੱਚ ਹੀ ਕੰਮ ਕਰਦੇ 3 ਮੁਲਾਜ਼ਮਾਂ ਨੇ ਉਸ ਦੇ ਪਤੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਉਹਨਾਂ ਆਖਿਆ ਕਿ ਕੋਆਪਰੇਟਿਵ ਸੁਸਾਇਟੀ ਨਵਾਂ ਸ਼ਹਿਰ ਨੇ ਇੱਕਜੁੱਟ ਹੋ ਕੇ ਮੇਰੇ ਪਤੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਧਮਕੀਆਂ ਦੇਣ ਲੱਗ ਪਏ ਸਨ ਕਿ ਤੂੰ ਅੱਜ ਹੀ ਹਿਸਾਬ ਕਰ ਅਤੇ ਘੱਟਦੇ ਪੈਸੇ ਪੂਰੇ ਕਰ ਨਹੀਂ ਤਾਂ ਸਾਨੂੰ 2 ਲੱਖ ਰੁਪਏ ਪ੍ਰਤੀ ਵਿਅਕਤੀ ਰਿਸ਼ਵਤ ਦੇ ਜੇਕਰ ਤੂੰ ਅਜਿਹਾ ਨਹੀਂ ਕਰੇਗਾ ਤਾਂ ਤੈਨੂੰ ਅਸੀਂ ਇਹੋ ਜਿਹੇ ਕੇਸ ਵਿੱਚ ਫਸਾ ਦੇਵਾਂਗੇ ਜਿਸ ਕਾਰਨ ਤੇਰੀ ਸਮਾਜ ਵਿੱਚ ਬਣੀ ਹੋਈ ਇੱਜ਼ਤ ਪੂਰੀ ਤਰ੍ਹਾਂ ਖਰਾਬ ਹੋ ਜਾਏਗੀ ਉਹਨਾਂ ਆਰੋਪ ਲਗਾਇਆ ਕਿ ਉਹਨਾਂ ਦੇ ਪਤੀ ਨੂੰ ਦਿਮਾਗੀ ਤੌਰ 'ਤੇ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਉਹਨਾਂ ਨੂੰ ਮਜਬੂਰਨ ਆਤਮ ਹੱਤਿਆ ਕਰਨੀ ਪਈ ਪੁਲਿਸ ਨੇ ਇਸ 'ਤੇ ਕਾਨੂੰਨੀ ਕਾਰਵਾਈ ਕਰਦੇ ਹੋਏ 306/34 IPC ਦੇ ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਔਰ ਖਬਰ ਬਣਦੇ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਸੀ